ਸਰਕਾਰਾਂ ਧੂਈ ਫਿਰਦੀਆਂ ਨੇ ਓਦਾਂ ਹੀ ਤੁਹਾਡੇ ਨਾਲ ਜਿਹੜਾ ਪਾਕਿਸਤਾਨ ਆ ਉਹਦੇ ਨਾਲ ਇੰਡੀਆ ਦੀ ਬਣਦੀ ਨੀ ਗੀ ਗੱਲਾਂ ਪੱਧਰੀਆਂ ਨੇ। ਉਹ ਤਾਂ ਠੀਕ ਆ ਸਦੀ ਉਹ ਸਦੀ ਦਾ ਜਿਹੜੀ ਹੈਗੀ ਆ ਉਹ ਹੈਗੀ ਆ ਐਵੇਂ ਘਸੀਟਾ ਜਿਹਾ ਪਾਈ ਫਿਰਨਾ ਉਹਦਾ ਫਾਇਦਾ ਨੀ ਕੋਈ ਉਹਦਾ ਗੱਲਬਾਤ ਕਰਾਓ ਆ ਫੋਟੋਆਂ ਨੀ ਖਿੱਚਣ ਵਾਲੀਆਂ ਕੀ ਰੱਖੀਆਂ ਹੋਈਆਂ ਉਹਦੇ ਹੱਸ ਗੰਜੇ ਜਿਹਾ ਲਾ ਲਿਆ ਵੀ ਨਾ ਕੋਈ ਗੱਲ ਨਾ ਕੋਈ ਬਾਤ ਨਾ ਲੜਾਈ ਕੋਈ ਤਾਰੀਆਂ ਗੁਪਤ ਗੱਲਾਂ ਕਰਦੀਆਂ ਨੇ ਇਹਨਾਂ ਨੂੰ ਕਰੋ ਬੰਦ ਆਪਣੇ ਕੋਈ ਕੰਮ ਚਾਚਰਾ ਕਰੋਗੇ ਇਹ ਕੀ ਇਹ ਸਹੀ ਕਿਹੜੀ ਗੌਰਮੈਂਟ ਦੀ ਅਸੀਂ ਇੰਨੀਆਂ ਲੈਂਦਾ ਫਿਰਦੇ ਹਾਂ ਇਹ ਕੋਈ ਗੱਲ ਕਰਦਾ ਹੈ ਕੋਈ ਕੰਮ ਕਰਾਉਣਾ ਇੱਕ ਵਾਰ ਸੋਸ਼ਲ ਵਰਕ ਦਾ ਆ ਲਾ ਕੇ ਕਾਹਦਾ ਮੈਨੂੰ ਪਹਿਲਾਂ ਦੱਸੋ ਚਲੋ ਆਪਾਂ ਕਿਹੜਾ ਕੋਈ ਗਲਤ ਕੰਮ ਕੋਈ ਸਾਰਾ ਇਸ ਕਰਕੇ ਕੋਈ ਅਫਸੇਟ ਪੈ ਸਕਦਾ ਨਿਆਣੇ ਨੀ ਅਸੀਂ ਸਾਰੇ ਪੜ੍ਹੇ ਲਿਖੇ ਬੰਦੇ ਆ ਐਵੇਂ ਹੁਣ ਆਪਾਂ ਗੱਲ ਕਰੀਏ ਆ ਜਿਹੜੀ ਗੱਲਾਂ ਵੀ ਕਰਦੇ ਆ ਜਿਹੜੇ ਬੰਦੇ ਕਰਾ ਵੀ ਰਹੇ ਆ ਮੈਨੂੰ ਇਹਨਾਂ ਤੇ ਵੀ ਯਕੀਨ ਹੈ ਨੀ ਇੰਨਾ ਅਸੀਂ ਵੀ ਭੈਣ ਤੋਂ ਸਾਰੀ ਉਮਰ ਗਾਲੀ ਹੋਈ ਆ ਮੇਰੀ 20 ਸਾਲਾਂ ਦੀ ਮਿਹਨਤ ਦੇ ਵਿੱਚ ਮੈਨੂੰ ਬਾਈ ਤੁਹਾਡਾ ਮੈਂ ਬੜਾ ਸ਼ੁਕਰਗੁਜ਼ਾਰ ਮਸ਼ਕੂਰ ਹਾਂ ਤੁਹਾਡੀ ਵਜ੍ਹਾ ਤੋਂ ਮੈਨੂੰ ਅੱਜ 20 ਸਾਲਾਂ ਬਾਅਦ ਇੱਕ ਨਈ ਜ਼ਿੰਦਗੀ ਔਰ ਨਈ ਖੁਸ਼ੀ ਔਰ 20 ਸਾਲਾਂ ਦਾ ਫਲ ਮਿਲਿਆ ਜੀ ਰੱਬ ਦੇਣ ਵਾਲਾ ਜੀ ਸਾਡੀ ਤਾਂ ਕੋਸ਼ਿਸ਼ ਸੀਗੀ ਇਹਦੇ ਵਾਸਤੇ ਮੈਂ ਬੜਾ ਹੀ ਖੁਸ਼ ਹਾਂ ਬਹੁਤ ਇੰਤਹਾਈ ਖੁਸ਼ ਹਾਂ ਕਿ ਸਾਨੂੰ ਤੁਸੀਂ ਵਿਛੜੇ ਹੋਇਆਂ ਨੂੰ ਮਿਲਾਇਆ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਪ੍ਰਣਾਮ ਦੋਸਤੋ ਇੱਕ ਪਿੰਡ ਪੰਜਾਬ ਦਾ ਚੈਨਲ ਦੇ ਅੱਜ ਸਾਡੇ ਜਿਹੜੇ ਮਹਿਮਾਨ ਆ ਦੋ ਇਰਫਾਨ ਔਰ ਉਹਦੇ ਬੜੇ ਭਾਈ ਮੁਹੰਮਦ ਰਮਜ਼ਾਨ ਇਹ ਜਨਾਬ ਆਏ ਆ ਇੱਥੋਂ ਕੋਈ ਹੈਗਾ ਕੋਈ 30 ਕਿਲੋਮੀਟਰ ਹੋਣਾ ਕਿਲਿਆਂ ਵਾਲਾ ਉੱਥੋਂ ਆਏ ਆ ਇਹਨਾਂ ਨੇ ਕੁਛ ਦਿਨ ਪਹਿਲੇ ਸਾਡੇ ਨਾਲ ਆਪਣੀ ਸਟੋਰੀ ਡਿਸਕਸ ਕੀਤੀ ਸੀ ਕਿਸੇ ਤਰ੍ਹਾਂ ਇਹਨਾਂ ਨੇ ਸਾਡਾ ਨੰਬਰ ਲਿਆ ਕਿ ਇਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਅਜ਼ੀਜ਼ੋ ਕਾਰਬ ਜਿਹੜੇ ਆ ਨਾ ਸਨ 2000 'ਚ ਪਾਕਿਸਤਾਨ ਆਏ ਸੀ ਉਸ ਤੋਂ ਬਾਅਦ ਸਾਡੇ ਨਾਲ ਉਹਨਾਂ ਦਾ ਰਾਬਤਾ ਬਿਲਕੁਲ ਖਤਮ ਹੋ ਗਿਆ ਮੀਡੀਏ ਨੇ ਬਹੁਤ ਗਲਤ ਫਹਿਮੀਆਂ ਫੈਲਾਈਆਂ ਹੋਈਆਂ ਆ ਜਿਹਦੇ ਵਿੱਚ ਲੋਕ ਇੱਕ ਦੂਜੇ ਨੂੰ ਕਾਲਾਂ ਕਰਨ ਤੋਂ ਵੀ ਡਰਦੇ ਆ ਖਤੋ ਕਿਤਾਬਤ ਜਿਹੜਾ ਉਹ ਸਿਲਸਿਲਾ ਵੀ ਖਤਮ ਹੋ ਗਿਆ ਅੱਜ ਇਹ ਇੱਥੇ ਆਏ ਆ ਮੇਰੇ ਕੋਲ ਇਹਨਾਂ ਦਾ ਉੱਧਰੋਂ ਸੁਖਵਿੰਦਰ ਗਿੱਲ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਟੀ ਦੀ ਮਹਿਕ ਨਾਂ ਦਾ ਇੱਕ ਚੈਨਲ ਆ ਉਹਨਾਂ ਦਾ ਜਿਹਨੂੰ ਉਹ ਰਨ ਕਰ ਰਹੇ ਆ ਔਰ ਉੱਥੇ ਵਿਛੜਿਆਂ ਨੂੰ ਮਿਲਾਉਂਦੇ ਅਕਸਰ ਉਹਨਾਂ ਦੀਆਂ ਸਟੋਰੀਆਂ ਤੁਸੀਂ ਦੇਖਦੇ ਹੋਣੇ ਆ ਉਹਨਾਂ ਨੇ ਤਾਂ ਕਮੋ ਬੇਸ਼ ਇੱਕ ਮਹੀਨੇ ਦੀ ਕੋਸ਼ਿਸ਼ ਤੋਂ ਬਾਅਦ ਇਹਨਾਂ ਦੇ ਜਿਹੜੇ ਉਹ ਗੁਆਚੇ ਹੋਏ ਮਤਲਬ ਰਿਸ਼ਤੇਦਾਰ ਸੀ ਉਹਨਾਂ ਨੂੰ ਲੱਭਿਆ ਬੜੀ ਕੋਸ਼ਿਸ਼ ਕਰਕੇ ਔਰ ਸਭ ਤੋਂ ਜ਼ਿਆਦਾ ਮੁਸ਼ਕਲਾਂ ਉਹਨਾਂ ਨੂੰ ਇਸ ਕੰਮ 'ਚ ਇਹ ਆਈ ਕਿ ਉਹ ਬੰਦੇ ਜ਼ਿਹਨੀ ਤੌਰ 'ਤੇ ਡਰੇ ਹੋਏ ਇੰਨੇ ਸੀ ਪਾਕਿਸਤਾਨ ਗੱਲ ਕਰਨ ਲਈ ਤਿਆਰ ਨਹੀਂ ਸੀਗੇ ਅੱਜ ਦੀ ਜਿਹੜੀ ਇਹਨਾਂ ਦੀ ਅਸੀਂ ਮੁਲਾਕਾਤ ਕਰਾਈ ਆ ਉਹਦੇ ਵਿੱਚ ਉਹਨਾਂ ਨੇ ਬੜੀ ਮੁਸ਼ਕਲ ਰਾਜ਼ੀ ਕੀਤਾ ਉਹਨਾਂ ਨੂੰ ਵੀਡੀਓ ਕਾਲ ਕਰਨ ਲਈ ਪਤਾ ਨਹੀਂ ਕਿਸ ਤਰ੍ਹਾਂ ਦਾ ਖੌਫ ਪਾਇਆ ਆ ਮੀਡੀਏ ਨੇ ਜਾਂ ਲੋਕਾਂ ਨੇ ਸੁਣੀਆਂ ਸੁਣਾਈਆਂ ਗੱਲਾਂ ਬਹੁਤੀਆਂ ਜਿਹਦੇ ਵਿੱਚ ਆ ਕੇ ਉਹ ਬਿਲਕੁਲ ਗੱਲ ਕਰਨ ਲਈ ਤਿਆਰ ਨਹੀਂ ਸੀ ਬੜੀ ਮੁਸ਼ਕਲ ਰਾਜ਼ੀ ਕੀਤਾ ਉਹਨਾਂ ਨੂੰ ਹਾਲਾਂਕਿ ਬੰਦੇ ਨੂੰ ਚਾਅ ਹੀ ਇੰਨਾ ਹੁੰਦਾ ਵੀ ਜਿਹਨਾਂ ਨੂੰ 21-22 ਸਾਲ ਬਾਅਦ ਵਿਛੜਿਆਂ ਨੂੰ ਗੱਲ ਕਰਨੀ ਹੋਵੇ ਮਿਲਣਾ ਹੋਵੇ ਉਹਨਾਂ ਤਾਂ ਧਰਤੀ 'ਤੇ ਪੈਰ ਨਹੀਂ ਲੱਗਦੇ ਉਹ ਤਾਂ ਕਹਿੰਦਾ ਵੀ ਕਿਹੜੀ ਘੜੀ ਹੋਵੇ ਮੇਰੀ ਜਿਹੜੀ ਗੱਲ ਹੋ ਜਾਵੇ ਉਹਦੇ ਬਾਵਜੂਦ ਵੀ ਉਹਨਾਂ ਨੇ ਬੜਾ ਕੋਸ਼ਿਸ਼ ਕਰਨ ਤੋਂ ਬਾਅਦ ਬੜਾ ਉਹਨਾਂ ਨੂੰ ਬਰੀਫ ਕੀਤਾ ਗਿਆ ਬੜਾ ਉਹਨੂੰ ਸਮਝਾਇਆ ਗਿਆ ਉਸ ਤੋਂ ਬਾਅਦ ਉਹ ਕਾਲ ਲਈ ਰਾਜ਼ੀ ਹੋਏ ਫਿਰ ਜਦੋਂ ਕਾਲ ਲਈ ਰਾਜ਼ੀ ਹੋਏ ਤਾਂ ਉਹ ਕੈਮਰਾ ਨਾਲ ਚਲਾਉਣ ਦੇਣ ਉਹ ਕਹਿੰਦੇ ਵੀ ਇਹ ਬਿਲਕੁਲ ਪਤਾ ਨਹੀਂ ਕੀ ਹੋ ਜਾਣਾ ਮੈਨੂੰ ਮੈਂ ਸਾਰਾ ਜ਼ਮਾਨਾ ਫਿਰਿਆ ਬੜਾ ਡਰਦਾ ਡਰਦੇ ਨੇ ਮਤਲਬ ਇਹ ਕੰਮ ਕੀਤੀ ਉਹ ਜਦੋਂ ਅਸੀਂ ਗੱਲ ਕਰਾਈ ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਆ ਕਿ ਇਹਨਾਂ ਦਾ ਕੋਈ ਆਪਣਾ ਜ਼ਾਤੀ ਮਫਾਦ ਹੋਣਾ ਜਿਹੜਾ ਇਹ ਕੈਮਰੇ ਲਾ ਕੇ ਗੱਲਾਂ ਕਰਦੇ ਆ ਬਿਲਕੁਲ ਉਹਨਾਂ ਨੇ ਇੱਕ ਦੋ ਵਾਰੀ ਸਾਨੂੰ ਜਿਹੜੇ ਵੀ ਮੀਡੀਆ ਵਾਲੇ ਕੰਮ ਕਰਦੇ ਉਹਨਾਂ ਨੂੰ ਬੁਰਾ ਭਲਾ ਵੀ ਕਿਹਾ ਵਿੱਚ ਗਾਲਾਂ ਵੀ ਇੱਕ ਦੋ ਕੱਢੀਆਂ ਲੇਕਿਨ ਸਾਡਾ ਮਕਸਦ ਜਿਹੜਾ ਉਹ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਦੀਆਂ ਗਾਲਾਂ ਸੁਣ ਕੇ ਆਪਣਾ ਕੰਮ ਛੱਡ ਦਈਏ ਕਿਉਂਕਿ ਅਸੀਂ ਇੱਕ ਮਿਲਾਉਣ ਵਾਲਾ ਕੰਮ ਕਰਦੇ ਜਿੱਥੇ 2-4 ਗਾਲਾਂ ਕੱਢਦੇ ਉੱਥੇ ਹਜ਼ਾਰਾਂ ਲੋਕ ਸਾਨੂੰ ਦੁਆਵਾਂ ਵੀ ਦਿੰਦੇ ਆ ਅਤੇ ਇਹ ਅਸੀਂ ਕੋਸ਼ਿਸ਼ ਕਰਕੇ ਉਹਨਾਂ ਦੀ ਗੱਲਬਾਤ ਕਰਾਈ ਆ ਤੁਸੀਂ ਗੱਲਬਾਤ ਇਹ ਸਾਡੇ ਚੈਨਲ 'ਤੇ ਦੇਖਣੀ ਆ ਆਉਣ ਵਾਲੇ ਜਿਹੜੇ ਚੰਦ ਮਿੰਟ ਉਹਨਾਂ ਵਿੱਚ ਤੁਹਾਨੂੰ ਨਜ਼ਰ ਆਏਗੀ ਦੇਖੋਗੇ ਤੁਸੀਂ ਵੀ ਬਾਬਾ ਜੀ ਹੁਣਾਂ ਨੇ ਕਿੰਨੀ ਕੁ ਗੱਲ ਕੀਤੀ ਔਰ ਕਿੰਨਾ ਖਦਸ਼ਾ ਜ਼ਾਹਰ ਕੀਤਾ ਪਾਕਿਸਤਾਨ ਦੀ ਤਰਫੋਂ ਔਰ ਅਗਰ ਇਹ ਰਾਬਤਾ ਅਸੀਂ ਕਰਦੇ ਹਾਂ ਤਾਂ ਕੀ ਸਾਨੂੰ ਮੁਸ਼ਕਲਾਂ ਆ ਸਕਦੀਆਂ ਜਾਂ ਆਈਆਂ ਹੋਣਗੀਆਂ
ਇਹ ਜਿਹੜੀ ਇੱਕ ਉਹਨਾਂ ਦੇ ਆਪਣੇ ਖੁਦ ਸਾਖਤਾ ਖੌਫ ਸੀਗੇ, ਲੇਕਿਨ ਹਾਲਾਤ ਬਦਲ ਗਏ ਆ, ਮਾਹੌਲ ਬਦਲ ਗਿਆ, ਹੁਣ ਉਹ ਗੱਲਾਂ ਨਹੀਂ ਰਹੀਆਂ ਹੈਗੀਆਂ ਕਿ ਜਿਹੜੀਆਂ ਬੰਦਾ ਕਵੇ ਵੀ ਕਾਲ ਕਰ ਲਈ ਤਾਂ ਪਤਨੀ ਸ਼ਾਮ ਨੂੰ ਚੱਕ ਕੇ ਲੈ ਜਾਣ। ਅੱਛਾ ਇਰਫਾਨ ਭਾਈ, ਤੁਸੀਂ ਦੱਸੋ ਵੀ ਇਹ ਤੁਹਾਡੇ ਲੱਗਦੇ ਕੀ ਸੀਗੇ? ਇਹ ਜੀ ਮੇਰੇ ਅੱਬੂ ਦੇ ਭਾਈ, ਮੇਰੇ ਚਾਚੂ ਲੱਗਦੇ ਨੇ। ਚਾਚੂ ਲੱਗਦੇ ਤੁਹਾਡੇ? ਚਾਚੂ ਲੱਗਦੇ ਨੇ। ਅੱਛਾ। ਤੇ ਸਨ 2001 ਦੇ ਵਿੱਚ ਪਾਕਿਸਤਾਨ ਆਇਆ ਸੀ। ਹਾਂ ਹਾਂ। ਉਸ ਟਾਈਮ ਮੈਂ ਛੋਟਾ ਜਿਹਾ ਸੀ। ਕਲਾਸ 'ਚ ਹਾਰਮ ਦੇ ਵਿੱਚ ਮੈਂ ਪੜ੍ਹਦਾ ਸੀ ਤੇ ਬੇਹੱਦ ਮੇਰੇ ਨਾਲ ਪਿਆਰ ਕਰਦੇ ਸੀ। ਉਸ ਵਕਤ ਦੇ ਵਿੱਚ ਮੈਨੂੰ ਕਹਿੰਦੇ ਸੀ ਤੂੰ ਸਾਡੇ ਨਾਲ ਇੰਡੀਆ ਚੱਲ। ਉਹਨਾਂ ਨੇ ਮੈਨੂੰ ਬੜਾ ਪਿਆਰ ਦਿੱਤਾ, ਜਿਹੜਾ ਪਿਆਰ ਹੁਣ ਤੱਕ ਮੈਂ ਬੁਲਾ ਨਾ ਸਕਿਆ। ਅੱਛਾ। ਤੇ ਇਹ ਪਾਕਿਸਤਾਨ ਤੋਂ ਹੋ ਕਰ ਵਾਪਸ ਇੰਡੀਆ ਚਲੇ ਗਏ ਜੀ। ਉਸ ਤੋਂ ਬਾਅਦ ਕੋਈ ਰਾਬਤਾ ਨਹੀਂ ਹੋਇਆ ਜੀ। ਜੀ। ਤੇ ਮੈਂ ਆਪਣੀ 20 ਸਾਲ ਦੀ ਕੋਸ਼ਿਸ਼ ਵਿੱਚ ਉਹਨਾਂ ਦਾ ਪਿਆਰ ਆਪਣੇ ਦਿਲ ਦੇ ਵਿੱਚ ਵਸਾਈ ਰੱਖਿਆ। ਤੁਹਾਨੂੰ ਛੋਟੇ ਹੁੰਦਿਆਂ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਵੀ ਤੁਹਾਨੂੰ ਮੈਂ ਇੰਡੀਆ ਲੈ ਕੇ ਜਾਣਾ, ਤੁਸੀਂ ਉਹਦੇ ਨਾਲ ਹੀ ਜਵਾਨੀ 'ਚ ਆਪਣੀ ਕਦਮ ਰੱਖਿਆ, ਉਹੀ ਚੀਜ਼ ਨੂੰ ਅਸੀਂ ਸੋਚ ਨੂੰ ਲੈ ਕੇ ਬੜੇ ਹੋਏ। ਹਾਂਜੀ, ਬੜੇ ਹੋਏ। ਮੈਂ ਉਹਦਾ ਪਿੱਛਾ ਨਹੀਂ ਛੱਡਿਆ ਜੀ। ਮੈਂ ਆਪਣੀ ਕੋਸ਼ਿਸ਼ ਦਿਨ ਬਾ ਦਿਨ ਜਾਰੀ ਰੱਖੀ। ਹਾਂ। ਜਿੰਦੇ ਸਵਾਬ ਮੇਰੀ 20 ਸਾਲਾਂ ਦੀ ਮਿਹਨਤ ਦੇ ਵਿੱਚ ਮੈਨੂੰ ਬਾਈ ਤੁਹਾਡਾ ਮੈਂ ਬੜਾ ਸ਼ੁਕਰਗੁਜ਼ਾਰ ਮਸ਼ਕੂਰ ਹਾਂ ਤੁਹਾਡੀ ਵਜ੍ਹਾ ਤੋਂ ਮੈਨੂੰ ਅੱਜ 20 ਸਾਲਾਂ ਬਾਅਦ ਇੱਕ ਨਈ ਜ਼ਿੰਦਗੀ ਔਰ ਨਈ ਖੁਸ਼ੀ ਔਰ 20 ਸਾਲਾਂ ਦਾ ਫਲ ਮਿਲਿਆ ਜੀ। ਰੱਬ ਦੇਣ ਵਾਲਾ ਜੀ, ਸਾਡੀ ਤਾਂ ਕੋਸ਼ਿਸ਼ ਸੀਗੀ। ਇਹਦੇ ਵਾਸਤੇ ਮੈਂ ਬੜਾ ਹੀ ਖੁਸ਼ ਹਾਂ, ਬਹੁਤ ਇੰਤਹਾਈ ਖੁਸ਼ ਹਾਂ ਤੇ ਸਾਨੂੰ ਤੁਸੀਂ ਵਿਛੜੇ ਹੋਇਆਂ ਨੂੰ ਮਿਲਾਇਆ, ਸਾਡਾ ਰਾਬਤਾ ਕਰਾਇਆ, ਸਾਡੀ ਗੱਲ ਵੀ ਅੱਜ ਕਰਾਈ। ਤੁਹਾਡੇ ਇਸ ਚੈਨਲ ਦੇ ਅਸੀਂ ਬੜੇ ਮਸ਼ਕੂਰ ਹਾਂ, ਤੁਸੀਂ ਇੱਕ ਦੁਨੀਆ 'ਤੇ ਅੱਛਾ ਨਾਮ ਅੱਛਾ ਕੰਮ ਕਰ ਰਹੇ ਹੋ। ਅੱਲਾ ਤੁਹਾਡਾ ਇਸੇ ਤਰ੍ਹਾਂ ਕੰਮ, ਇਸੇ ਤਰ੍ਹਾਂ ਹਰ ਚੀਜ਼ ਨੂੰ, ਇਸ ਮੁਕਾਮ ਨੂੰ, ਤੁਹਾਡੇ ਚੈਨਲ ਨੂੰ ਆਬਾਦ ਰੱਖੇ। ਹਾਂਜੀ, ਕੀ ਹਾਲ ਹੈ ਅੰਕਲ ਜੀ? ਠੀਕ ਆ ਜੀ। ਰਮਜ਼ਾਨ ਗੱਲ ਕਰਦਾ ਪਿਆ। ਹੋਰ ਕੀ ਹਾਲ ਚਾਲ ਆ ਕਰਦਾ? ਮਾਰਾ ਕੀ ਹਾਲ ਆ? ਹੋਰ ਜੀ, ਬਹੁਤ ਹੋ ਗਈ ਸੀ। ਹੈ ਮਾਈ ਫੌਤ ਹੋ ਗਈ ਸੀ ਮੰਮੀ ਤੁਹਾਡੀ ਦੀ? ਜਿਹੜੀ 1.25 ਸਾਲ ਹੋ ਗਿਆ ਜੀ। ਨਵਾਬ ਬੀਬੀ 1.25 ਸਾਲ ਹੋ ਗਿਆ, ਮਾਈ ਫੌਤ ਹੋ ਗਈ ਸੀ। ਉਹ ਯਾਰ ਇੱਧਰ ਮੇਰੇ ਵਾਲੇ ਦੀ, ਉਦੋਂ ਜਦੋਂ ਮੈਂ ਪਾਕਿਸਤਾਨ 'ਚ ਆਇਆ ਸੀ ਉਦੋਂ ਮੇਰੇ ਵਾਲੇ ਦੀ ਹੋ ਗਈ ਸੀ। 25 ਸਾਲ ਹੋ ਗਏ ਬਾਈ, ਕੁੜੀਆਂ ਦਾ ਵਿਆਹ ਦਿੱਤੀਆਂ ਸੀ ਉਦੋਂ ਹੀ। ਕੁੜੀਆਂ ਸਾਰੀਆਂ ਵਿਆਹ ਦਿੱਤੀਆਂ? ਆਹੋ, ਤਾਂ ਉਦੋਂ ਹੀ ਵਿਆਹ ਦਿੱਤੀਆਂ ਸੀ ਤੇ ਬਾਈ ਵੀ ਸਾਰੇ ਵਿਆਹ ਦਿੱਤੇ ਨੇ। ਆਹੋ, ਅੱਛਾ। ਤੇ ਤੇਰਾ ਆਪਣਾ ਹੋ ਗਿਆ? ਹੈਂ? ਆਹੋ, ਉਹ ਨਹੀਂ ਮੈਨੂੰ ਪਤਾ ਲੱਗਾ ਤੇ ਬਾਕੀ ਦਾ ਕੁੜੀਆਂ ਦਾ ਤਾਂ ਹੋ ਗਿਆ। ਹਾਂਜੀ, ਕੁੜੀਆਂ ਦਾ ਵੀ ਹੋ ਗਿਆ ਤੇ ਮੁੰਡਿਆਂ ਦਾ ਵੀ ਹੋ ਗਿਆ। ਅੱਛਾ ਅੱਛਾ, ਚਲੋ। ਹੋਰ ਕੋਈ ਨਵੀਂ ਤਾਜ਼ੀ, ਕੋਈ ਘਰ ਬਾਰ ਦੀ? ਸਾਰੇ ਠੀਕ ਠਾਕ ਨੇ? ਹਾਂ, ਬਾਕੀ ਠੀਕ ਠੀਕ ਹੋ ਸਾਰੇ? ਠੀਕ ਠਾਕ, ਰਾਜ਼ੀ ਬਾਜ਼ੀ। ਤੁਸੀਂ ਆਪਣੇ ਬੱਚਿਆਂ ਦਾ ਸੁਣਾਓ। ਮੇਰੇ ਬੱਚੇ ਦਾ ਬਾਹਰ ਹੀ ਫਿਰਦੇ ਆ, ਬੜੀ ਬੜੀ ਦੂਰ ਨੇ। ਉਹਦਾ ਨਿੱਕੀ ਕੁੜੀ ਉਹ ਕਲਕੱਤੇ ਆ ਤੇ ਇੱਕ ਸੀਏ ਸੀਗੀ, ਉਹ ਤਾਂ ਸਾਰੇ ਬੜੇ ਬੁੜੇ ਆ, ਉਹਦਾ ਬਾਹਰ ਹੀ ਨੇ, ਸਾਰੇ ਉੱਪਰਲੇ ਲੇਵਲਾਂ 'ਤੇ ਆ ਇੰਜੀਨੀਅਰ ਦਾ। ਹਾਂ, ਤੇ ਮੈਂ ਤਾਂ ਹੁਣ ਰਿਟਾਇਰਮੈਂਟ ਹੋਇਆ ਹੋਇਆ ਘਰ ਬੈਠਾ, ਤੇ ਮੈਂ ਤਾਂ ਫਿਰ ਤੈਨੂੰ ਪਤਾ ਗੌਰਮੈਂਟ ਵਾਲੇ ਕੰਮ ਨੇ, ਮੈਂ ਥੋੜ੍ਹੀ ਜਿਹੀ ਸਿਹਤ ਨਾਲ ਗੱਲ ਨਹੀਂ ਕਰਦਾ, ਉਹਦਾ ਤੈਨੂੰ ਪਤਾ ਹੀ ਆ। ਹੋਰ ਕੋਈ ਨਵੀਂ ਤਾਜ਼ੀ? ਉਹ ਦੁਕਾਨ ਚਾਹ ਵਾਲੀ ਹੈਗੀ ਆ ਉੱਥੇ ਸੜਕ ਤੇ? ਕੋਈ ਚਾਹ ਵਾਲੀ ਦੁਕਾਨ ਖਤਮ ਕਰ ਦਿੱਤੀ ਤੇ ਘਰ ਕਿਰਿਆਨੇ ਦੀ ਦੁਕਾਨ ਬਣਾਈ ਹੋਈ ਹੈ, ਕੱਪੜੇ ਜੁੱਤੀਆਂ ਦੀ ਨਾਲ ਤੇ ਕੱਪੜੇ ਜੁੱਤੀਆਂ ਦੀ, ਮਾਸ਼ਾਅੱਲਾ ਠੀਕ ਆ। ਹਾਂਜੀ, ਘਰ ਦੁਕਾਨ ਬਣਾਈ ਹੈ, ਦੁਬਾਰਾ ਵੱਡੀ ਦੁਕਾਨ ਬਣਾਈ ਹੈ, ਜੁੱਤੀਆਂ ਕੱਪੜਾ। ਵਾਲਮਾ ਮੇਰ ਕਰੇ ਆਪ ਵੀ, ਮਾਸ਼ਾਅੱਲਾ, ਬਿਲਕੁਲ ਠੀਕ ਠੀਕ ਹੈ ਕਾਰੋਬਾਰ। ਠੀਕ ਆ ਠੀਕ ਆ, ਕੰਮ ਕਾਰ ਕਰੋ ਆਪਣਾ। ਰਾਵਲ ਹੁਣ ਕੀ ਕਰਦਾ? ਰਾਵਲ ਨਿਗਾ, ਉਹ ਰਾਹੁਲ ਆ, ਰਾਹੁਲ ਅਰੋੜਾ, ਉਹ ਇੰਜੀਨੀਅਰ ਆ ਉਹ। ਬਾਕੀ ਸਾਰੇ ਬੱਚੇ ਪੜ੍ਹੇ ਲਿਖੇ ਆ, ਆਪਾਂ ਘਰੇ ਆ ਆਰਾਮ ਨਾਲ ਬੈਠੇ, ਰਿਟਾਇਰ ਹੋ ਗਏ ਹੋਏ ਆ। ਤੁਸੀਂ ਬੜਾ ਇਕੱਲੇ ਘਰ ਹੋ?
मैं हुण तां कल्ला ही आ, काम वाले ने आना रोटी पानी पका जू खवा के लम्मा पा जू बस गल आई आ। मोटे सिगे बंदे ओ सारे चले गए ते मुर्गे मेनू निगाह दी फिरी कोई किते को फलौर वाले भी मर मुर्गे जिन्हां ने ड्रेस दिता जिन्हां लिया ने आहो किते आहो आ मेरे को गल कर ला भाई गल करा। अस्सलाम वालेकुम। हाँ सलाम वालेकुम भाई। चाचू की हाल है? मैं सारे तो छोटा इरफान जो तेन बड़ा प्यार कर। अच्छा अच्छा इरफान एक अमरान सिगा उपर ला चलो पुत्र पढ़ाई आ जा पुत्र तू बीजा लवा इतो अपने घर ही आना फिर पाकिस्तान दी नहीं जांदी। मैं अपनी जिंदगी दे 20 साल तुहाडे लई गुजारते। मैं अपनी जिंदगी दे 20 साल तुहाडी यादां दे विच गुजार दित्ते। ओ पुत्तर गल आ के मैला तस्लीम आ तैनूं उदों कहिंदा सी चल इधर चलिए घर चलिए उधर नूं चलिए मिलाऊंगा तैनूं। तुसीं मन्ने नहीं उदों इह कहिंदा मैला आउंदा चल तैनूं गेड़ा सेड़ा मिलाऊंदा सारे इक दूजे आउंदे जांदे। हुण पुत्तर गल आ कि गौरमेंटा दा जिहड़ा हैगा मौसम खराब हुंदा इस करके 20-22 साल हो गए मेरे को ड्रेस ड्रुस ही आई सीगा ओदा मैनूं इह पता सी उत्थों बह जाईए तहसील समुंदरी नूं ते किले आले दा ना पुछ के ते चलो चले जावांगे बस बैठ के होर नहीं। पुत्तर मैनूं सारा याद है जी मैनूं बचपन तों लै के हुण तक सारा याद है जी। मैं पाकिस्तान आए सी ना यार बड़े तुहानु अजे भी याद करदे आ। हां जी आ मनीम सीगा नाल मास्टर ओ हैगा शौकत मास्टर हैगा आ मनीम जिहनूं कहिंदे सी भरजाई को चाह पीण बड़ा सारा पगड़ जा बन के मेरे वांगू जिंदा की ना सी चलो मेनू नी पता पता ओ दुकान दुकून ते आए ने जिंदा एक दो मिल जाते ना प्यार ता हुंदा ही जदों इंडिया चो गए बंदे रौला किन्ना पिया बंदा आया बंदा आया एदां ही ना
ਭਰਾਵਾਂ ਨੂੰ ਮਿਲਣ ਆਉਂਦਾ ਕੋਈ ਉਹਦਾ ਕੁਦਰਤੀ ਉਸ ਵਕਤ ਵੀਜ਼ਾ ਲੱਗ ਗਿਆ ਮੈਂ ਨਾਲੇ ਚੜਿਆ ਇੱਥੇ ਪਹਿਲਾਂ ਦੂਰ ਸੀਗਾ ਜਿਹੜਾ ਤੁਸੀਂ ਇੱਥੇ ਪਿਆਰ ਆਪਣਾ ਛੱਡ ਗਿਆ ਨਾ ਸਨ 2001 ਦਾ ਉਹ ਪਿਆਰ ਦਿਲ ਦੇ ਵਿੱਚ ਵਸਦਾ ਸਾਰਿਆਂ ਦੇ ਦਿਲਾਂ ਦੇ ਵਿੱਚ ਹੈਗਾ ਮਾਵੀ ਇਹ ਨਹੀਂ ਗੱਲ ਨਾ ਵਸਦਾ ਹੋਵੇ ਮੈਂ ਤਾਂ ਬੱਚੇ ਤੁਹਾਨੂੰ ਕਹਿ ਵੀ ਹਟਿਆ ਕੁੜੀ ਨੂੰ ਵੀ ਕਹਿ ਹਟਿਆ ਸੀ ਉਦੋਂ ਨਿੱਕੀ ਨੂੰ ਵੀ ਚੱਲ ਪੁੱਤਰਾ ਤੇਰਾ ਮੈਂ ਚੱਕਰ ਮੁਲਵਾ ਲੈਣਾ ਇੰਡੀਆ ਦਾ ਨਹੀਂ ਮੰਨੀ ਸੀ ਉਦੋਂ ਮੈਂ ਤਾਂ ਕਹਿੰਦਾ ਸੀ ਤੇਰਾ ਵਿਆਹ ਉਧਰ ਕਰ ਦਾਂਗੇ ਨਿੱਕੀ ਨੂੰ ਕਹਿੰਦਾ ਸੀ ਤੂੰ ਆ ਜਿਹੜੀ ਭਰਜਾਈ ਵਾਲੀ ਗੱਲ ਦੱਸੀ ਆ ਇਹ ਗੱਲ ਮਾੜੀ ਜਦੋਂ ਮੈਂ ਉਧਰੋਂ ਆਇਆ ਤੇ ਇਧਰੋਂ ਮੇਰੀ ਘਰ ਵਾਲੀ ਦੀ ਡੈਥ ਹੋ ਗਈ ਉਹੀ ਤੇ ਯਾਦ ਮੈਂ ਤਾਜ਼ਾ ਕਰਨਾ ਚਾਹੁੰਦਾ ਸਨ 2001 ਦੀਆਂ ਯਾਦਾਂ ਤਾਜ਼ਾ ਕਰਨਾ ਚਾਹੁੰਦਾ ਮੈਂ ਤੁਸੀਂ ਰਾਹੁਲ ਦੀ ਸੁਣਾਓ ਪੂਜਾ ਦੀ ਸਰਤਾ ਦੀ ਉਹ ਪੁੱਤਰ ਸਾਰੇ ਅਫਸਰ ਵੱਡੇ ਆ ਉਹ ਇੱਥੇ ਹੈ ਨੀ ਇੱਕ ਦਾ ਦਿੱਲੀ ਵਾਲਾ ਕਾਕਾ ਦਾ ਰਾਹੁਲ ਤੇ ਨਿੱਕੀ ਉਹਦੇ ਨਾਲ ਸੀਗੇ ਆ ਸਾਰੇ ਅਫਸਰ ਬੰਦੇ ਆ ਕਲਕੱਤੇ ਆ ਪੀ ਐਚ ਡੀ ਕੀਤੀ ਤੇ ਸਾਇੰਸ ਦੀ ਆ ਉਹਨੇ ਕੀਤੀ ਹੋਈ ਹੋਰ ਸਤਸੰਗ ਜਾ ਆਪਣੀ ਵਧੀਆ ਢੰਗਾਂ ਨਾਲ ਪੜ੍ਹਦੇ ਆ ਸਾਰਾ ਕੀਤਾ ਉਹਨਾਂ ਨੇ ਹੱਸ ਗੰਜੇ ਜਿਹਾ ਲਾ ਲਿਆ ਵੀ ਨਾ ਕੋਈ ਗੱਲ ਨਾ ਕੋਈ ਬਾਤ ਨਾ ਲੜਾਈ ਕੋਈ ਤਾਰੀਆਂ ਗੁਪਤ ਗੱਲਾਂ ਕਰਦੀਆਂ ਨੇ ਇਹਨਾਂ ਨੂੰ ਕਰੋ ਬੰਦ ਆਪਣੇ ਕੋਈ ਕੰਮ ਜੱਜ ਨਾ ਕਰੋਗੇ ਇਹ ਕੀ ਇਹ ਸਹੀ ਕਿਹੜੀਆਂ ਗੌਰਮੈਂਟ ਦੀਆਂ ਸੀ ਇੰਨੀਆਂ ਲੈਂਦਾ ਫਿਰਦੇ ਹੋ ਇਹ ਕੋਈ ਗੱਲ ਕਰਦਾ ਹੈ ਕੋਈ ਕੰਮ ਕਰਾਉਣਾ ਸੋਸ਼ਲ ਵਰਕ ਦਾ ਆ ਲਾ ਕੇ ਕਾਹਦਾ ਮੈਨੂੰ ਪਹਿਲਾਂ ਚਲੋ ਆਪਾਂ ਕਹਿੰਦਾ ਕੋਈ ਗਲਤ ਕੰਮ ਕੋਈ ਇਹ ਤਾਂ ਉੱਥੇ ਆ ਜਿਹੜਾ ਕੋਈ ਬੰਦਿਆਂ ਨੂੰ ਉਹ ਜਿੱਥੇ ਕੋਈ ਸ਼ੱਕ ਪੈਂਦਾ ਜਿੱਦਾਂ ਹੁਣ ਆਹ ਆਪਣੇ ਅਰਥਵਾਦੀ ਆਉਂਦੇ ਆ ਜਾਓ ਫੈਮਿਲੀ ਨੂੰ ਕਿਤੇ ਕਿੰਨਾ ਕਰਨਾ ਜਿਹਨਾਂ ਨੇ ਕਰਨਾ ਆਪਣੇ ਫੋਨਾਂ ਦੇ ਉੱਤੇ ਕਰਦੀ ਜਾਣਾ ਮੈਂ ਕਿਹਾ ਪਤਾ ਨੀ ਕਿਹੜਾ ਕਿੱਦਾਂ ਕੁ ਬੰਦਾ ਕੰਮ ਜਾਣਾ ਤਾਂ ਤੁਹਾਨੂੰ ਉਧਰੋਂ ਆਏ ਆ ਜੀ ਐਵੇਂ ਨੀ ਕਦੀ ਤਾਂ ਹੁੰਦਾ ਉਧਰਲੇ ਪੱਤਰ ਨਾਲ ਗੱਲ ਕਰਾ ਕੇ ਜੇ ਉਧਰ ਕਰਾ ਕੇ ਜਾਣਾ ਬੰਦਾ ਆਪ ਗਿਆ ਹੋਵੇ ਬੰਦੇ ਨੇ ਕੋਈ ਤੋਹਫਾ ਤੋਹਫਾ ਭੇਜਿਆ ਹੋਵੇ ਪਤਾ ਲੱਗੇ ਵੀ ਬੰਦਾ ਜਾ ਰਿਹਾ ਲੋ ਹੁਣ ਵੀਡੀਓ ਦੇਖੀ ਹਾਂਜੀ ਹਾਂਜੀ ਜੱਟ ਜੀ ਹੁਣ ਮੈਂ ਬੋਲਦਾ ਛੋਟਾ ਇਰਫਾਨ ਅੱਛਾ ਮੋਟਾ ਵੀ ਬੜਾ ਹੋ ਗਿਆ ਉਹਦਾ ਨਿੱਕੂ ਜਿਹਾ ਹੁੰਦਾ ਸੀ ਆਹੋ ਹੈਗੇ ਤਾਂ ਵੱਡੇ ਹੀ ਹੋਣ ਪੁੱਤਰ ਉਹ ਵੱਡੇ ਹੀ ਹੋਣਾ ਸੀ ਅੱਛਾ ਮਾਂ ਨੂੰ ਮਾਂ ਦਾ ਅਟੈਕ ਹੋ ਗਿਆ ਸੀ ਤੇ ਅੰਮਾ ਜਿਹੜੀ ਸੀਗੀ ਅੰਮੀ ਫੌਤ ਹੋ ਗਈ ਨਾ ਡੇਢ ਸਾਲ ਹੋ ਗਿਆ ਉਹਨੂੰ ਸਵਾ ਸਾਲ ਹੋ ਗਿਆ ਤੇ ਜਿਹੜੀ ਤੁਹਾਡੀ ਅੰਮੀ ਸੀ ਹੋ ਗਈ ਅੰਮੀ ਫੌਤ ਹੋ ਗਈ ਨਾ ਪਰ ਉੱਥੇ ਹੀ ਉਹ ਕਿਤੇ ਕਿਲਿਆ ਆਈ ਆ ਕੀ ਵੱਜਾ ਉਹ ਮਸੂਰ ਕਾ ਚੱਕ 545 ਆਹੋ ਮਸਰਕਾ ਚੱਕ ਜਿਹੜਾ ਉਹ ਤਾਂ ਪਹਿਲਾਂ ਸੀਗਾ ਆਪਣਾ ਕੋਈ ਨੀ ਤੂੰ ਗੇੜਾ ਮਾਰ ਜੇ ਹੈ ਤੇਰਾ ਬੀਜਾ ਬੂਜਾ ਲੱਗਦਾ ਤਾਂ ਮੈਂ ਲਾਨਾ ਚੱਕਰ ਤੁਹਾਡੇ ਕੋਲ ਤੁਸੀਂ ਅੱਗੋਂ ਰਿਸਪੋਂਸ ਦਿਓ ਨਾ ਤੇ ਆਪਣਾ ਫਿਰ ਹੀ ਆਉਣਾ ਰਿਸਪੋਂਸ ਦੇਣਾ ਪੈਣਾ ਤੁਹਾਨੂੰ ਫਿਰ ਹੀ ਆ ਸਕਦੇ ਹਾਂ ਅਸੀਂ ਸਪੋਂਸਰਸ਼ਿਪ ਉਹ ਸਪੋਂਸਰਸ਼ਿਪ ਤਾਂ ਮੇਰਾ ਗਿਆ ਨਹੀਂ ਪਾਕਿਸਤਾਨ ਦੀ ਲੱਗਦੀ ਯਾਰ ਭੇਜਦੇ ਲੋਕ ਜਾਂਦੀ ਹੈ ਨਹੀਂ ਜਾਂਦੀ ਮੈਨੂੰ ਜਾਂਦੀ ਜਾਂਦੀ ਬੜੀ ਦੁਨੀਆ ਜਾਂਦੀ ਆ ਤਾਂ ਮੁਸਲਮਾਨਾਂ ਦੇ ਜਾਂਦੇ ਵੀ ਨਹੀਂ ਤੈਨੂੰ ਜਿਹੜੇ ਆ ਗੁੱਜਰ ਗਾਜਰ ਆ ਨਹੀਂ ਸਾਰੇ ਭੇਜਦੇ ਸਿੱਖ ਪਰਿਵਾਰ ਆਹੋ ਅਗੇੜਾ ਮਾਰ ਜੀ ਇੰਡੀਆ ਵੀ ਦੇਖ ਜੀ ਦਿਲ ਬੜਾ ਕਰਦਾ ਮੈਂ 20 ਸਾਲਾਂ ਦੀ ਕੋਸ਼ਿਸ਼ ਵਿੱਚ ਇਹੀ ਕੁਝ ਆਇਆ ਮੈਂ ਕਿਹਾ ਮੈਂ ਜਾਣਾ ਲਾਜ਼ਮੀ ਉਹ ਕੋਈ ਨਹੀਂ ਪੁੱਤਰਾ ਕੋਈ ਨਹੀਂ ਏਦਾਂ ਹੀ ਆ ਸੰਸਾਰ ਦਾ ਬੱਚੇ ਸਾਰੇ ਉਹ ਬੱਚੇ ਵਿਆਹੇ ਹੋਏ ਸਾਰੇ
ਉਹਨਾਂ ਕੋਲ ਬੱਚੇ ਹੈਗੇ ਆ? ਉਹ ਛੋਟੀ ਕੋਲ ਦੇਖੋ ਆ ਗਈ, ਉਹ ਛੋਟੀ ਜਿਹੜੀ ਹੁਣ ਵਿਆਹੀ ਸੀ 2 ਸਾਲ ਹੋ ਗਏ, ਉਹ ਮਤਲਬ 1.5 ਸਾਲ ਹੋਇਆ ਜਦ ਛੋਟੀ ਆ, ਤੇ ਵੱਡੀ ਦੇ ਤਾਂ ਮੁੰਡਾ ਗੁੱਡੀ ਆ, ਤੇ ਕਾਕੇ ਕੋਲ ਗੁੱਡੀ ਆ। ਮਾਸ਼ਾਅੱਲਾ, ਤੇ ਕਾਕਾ ਕੀ ਕਰਦਾ ਹੁਣ? ਉਹਦਾ ਇੰਜੀਨੀਅਰ ਆ। ਤੇਰੇ ਕੋਲ ਨਹੀਂ ਰਹਿੰਦੇ? ਤੇ ਤੇਰੇ ਕੋਲ ਕੌਣ ਹੁੰਦਾ? ਮੇਰੇ ਕੋਲ ਤਾਂ ਹੁਣ ਕਾਕੇ ਲਿਆਊਗਾ, ਹਫਤਾ ਖੰਡ 15 ਦਿਨ 10 ਦਿਨ ਲੈ ਜੂ, ਫਿਰ ਉਹ ਕੰਮ ਵਾਲਾ ਰੱਖਿਆ ਹੋਇਆ, ਰੋਟੀ ਰੁਟੀ ਬਣਾਉਂਦਾ ਮੇਰੀ, ਦੁੱਧ ਲਾਭ ਕਰਦਾ, ਫਿਰ ਹੋਰ ਕੀ ਕਰਨਾ, ਮਕਾਨ ਇਹਨਾਂ ਨੂੰ ਬਣਾ ਦੇ ਹੋਇਆ ਵਧੀਆ। ਮੈਂ ਨੀ ਸੀ ਗਿਆ, ਉਹਦਾ ਭਰਜਾਈ ਕਹਿੰਦੀ ਸੀ, ਪੀਲ ਕਹਿੰਦਾ ਸੀ ਮੈਂ ਦੇਖ ਰਿਹਾ ਤੇ ਇਹਨਾਂ ਨੂੰ ਕਾਰ ਦੇ ਦਿਓ ਮੇਰੀ, ਗੇੜਾ ਗੂੜਾ ਮਾਰਨ ਨੂੰ। ਮੈਂ ਦੇਖੇ ਨੀ ਸੀਗੇ, ਮੈਂ ਗਿਆ ਹੀ ਨੀ ਸੀ ਕਿੱਥੇ ਸੀਗੇ। ਤੋ ਦੁਕਾਨ ਵਾਲੀ ਨਹੀਂ ਸੀ ਮਾਈ ਜਿਹੜੀ ਆ ਦਿੰਦੇ ਖਾਤੇ ਵੀ ਸਲਾਮ ਭੇਜਿਆ ਸੀ? ਦੁਕਾਨ ਵਾਲੀ ਕਿਹੜੀ? ਉਹ ਸਹਿਰਾ ਕੁਮਾਰੀ। ਨਹੀਂ ਮੈਨੂੰ ਨਹੀਂ ਪਤਾ, ਪਤਾ ਦੇਖਾ ਆਪਣੀ ਦੁਕਾਨ ਜਿਹੜੀ ਸੀ ਨਾ, ਮੈਂ ਤਾਂ ਉੱਥੇ ਤੱਕ ਹੀ ਸੀਮਤ ਸੀ, ਘਰ ਦੇ ਵਿੱਚ ਹੀ ਸੀ ਏਦਾਂ ਕਰਕੇ, ਤੇ ਜਾ ਸੜਕ ਦੇ ਉੱਤੇ ਜਿਹੜੀ ਉਹ ਆਪਣੀ ਚਾਹ ਵਾਲੀ ਭਰਜਾਈ ਬੈਠਦੀ ਸੀਗੀ, ਆਪਣੀ ਧਾਰੀ ਧੂਰੀ ਸੀ, ਉੱਥੋਂ ਬਾਹਰ ਅੰਦਰ ਜਾ ਕੇ ਆ ਗਏ, ਤੇ ਉੱਥੇ ਇੰਨੇ ਕੁ ਤੱਕ ਹੀ ਜਾ ਮਨੀਪ ਕੋਲ ਬਣਾਤਰ ਕੋਲ ਬਹਿੰਦਾ ਸੀ, ਹੋਰ ਨੀ ਮੈਂ ਕਿਤੇ ਗਿਆ ਹੀ ਨਹੀਂ ਸੀ। ਜਾਂ ਕਿਲਿਆਂ ਵਾਲੇ ਤੁਹਾਡੇ ਰਿਸ਼ਤੇਦਾਰ ਫੌਜੀ ਆਇਆ ਹੋਇਆ ਸੀ ਕੋਈ, ਉਹ ਲੈ ਕੇ ਗਏ ਸੀ ਮੈਨੂੰ। ਚਾਚੂ ਜਦੋਂ ਤੋਂ ਤੁਸੀਂ ਵਾਪਸ ਗਏ ਇੰਡੀਆ, ਤੁਹਾਡਾ ਦਿਲ ਨੀ ਕੀਤਾ ਸਾਡੇ ਵਾਸਤੇ ਗੱਲ ਕਰਨ ਨੂੰ ਜਾਂ ਮਿਲਣ ਨੂੰ? ਗੱਲ ਹੈਗੀ ਏਦਾਂ, ਹਾਲਾਤ ਨੇ ਮਾੜੇ, ਜ਼ਿੰਦਗੀ ਦੇ ਹਾਲਾਤ ਨੇ ਮਾੜੇ, ਇਹ ਫਿਰ ਸਰਕਾਰਾਂ ਧੂਈ ਫਿਰਦੀਆਂ ਨੇ, ਓਦਾਂ ਹੀ ਤੁਹਾਡੇ ਨਾਲ ਜਿਹੜਾ ਪਾਕਿਸਤਾਨ ਆ ਉਹਦੇ ਨਾਲ ਇੰਡੀਆ ਦੀ ਬਣਦੀ ਨੀਗੀ, ਗੱਲਾਂ ਪੱਧਰੀਆਂ ਨੇ, ਇਸ ਕਰਕੇ ਕੋਈ ਅਲਸੇਲ ਪੈ ਸਕਦਾ। ਨਿਆਣੇ ਨੀ ਅਸੀਂ, ਸਾਰੇ ਪੜ੍ਹੇ ਲਿਖੇ ਬੰਦੇ ਆ, ਐਵੇਂ ਹੁਣ ਆਪਾਂ ਗੱਲ ਕਰੀਏ, ਜਿਹੜੀ ਗੱਲਾਂ ਵੀ ਕਰਦੇ ਆ, ਜਿਹੜੇ ਬੰਦੇ ਕਰਾ ਵੀ ਰਹੇ ਆ, ਮੈਨੂੰ ਇਹਨਾਂ ਤੇ ਵੀ ਯਕੀਨ ਹੈ ਨੀ ਇੰਨਾ। ਅਸੀਂ ਵੀ ਭੈਣ ਤੋਂ ਸਾਰੀ ਉਮਰ ਗਾਲੀ ਹੋਈ ਆ, ਸਮਝ ਆ ਗਈ ਨਾ ਗੱਲ? ਭਰੋਸਾ ਹੀ ਆ, ਉਹ ਕਹਿਣ ਦਾ ਮਤਲਬ ਦੇਖ, ਐਵੇਂ ਖੀਰਲੀ ਉਮਰੇ ਆ ਗਏ ਹੱਦ ਤਲਾਵੇ, ਉਹਦਾ ਕੋਈ ਮਤਲਬ ਨੀ, ਕੋਈ ਬਣਦਾ ਨੀ ਪੁੱਤਰ, ਮੈਨੂੰ ਸਾਰਾ ਪਤਾ, ਉਹਦੇ ਨਾਲ ਤਾਂ ਗੇੜਾ ਮਾਰ ਕੇ ਆ ਸਕਦੇ, ਜਦ ਵੀਜ਼ਾ ਲੱਗਦਾ ਤਾਂ ਆਪਣਾ ਸਿੱਧਾ ਪਾਸਪੋਰਟ ਦਿਓ ਉੱਥੇ, ਜੇ ਲਾ ਤਾ ਲਾ ਤਾ, ਨਹੀਂ ਤਾਂ ਫੇਰ ਸਹੀ। ਜਿਹੜੀ ਗੱਲ ਕਰਨ ਵਾਲੀ ਹੁੰਦੀ ਆ ਉਹ ਕਰੀਦੀ ਆ, ਐਵੇਂ ਨੀ ਕੱਚ ਕੱਚ ਕਰਕੇ ਮੈਂ ਤਾਂ ਗਿਆ, ਬੰਦਾ ਇੱਥੋਂ ਗਿਆ ਆ ਨਾਲ ਗਏ ਤੇ ਤੇ ਉਹ ਲੈ ਗਏ, ਇਹਦਾ ਟੂੰਬੀਆਂ ਜੀ ਲਾਈ ਪੈਂਦੇ ਆ। ਤੇ ਉਹ ਆਪਣੀ ਜਿਹੜੀ ਫੁੱਫੀ ਰਹਿ ਸ਼ਰਾਣੀ ਆਈ, ਉਹ ਵੀ ਦੋਨੇ ਮਰ ਚੁੱਕੇ ਆ ਗਏ, ਦੋਨੇ ਫੌਤ ਹੋ ਗਏ ਹੋਏ ਆ, ਮੰਗਤ ਰਾਮ ਵੀ, ਉਹ ਮਾਂ ਵੀ ਉਹਨਾਂ ਦੀ, ਅੰਮਾ ਜਿਹੜੀ ਉਹ ਵੀ, ਫਾਦਰ ਵੀ, ਜ਼ਮੀਨ ਨੀ ਰਹਿ ਗਈ 12 ਕਿੱਲੇ, ਮੁੰਡੇ ਆਪਣੇ ਗਏ ਆ ਭੈਣ ਦੇ ਉੱਥੇ ਆਸਟ੍ਰੇਲੀਆ ਦੇ ਪੱਕੇ ਹੀ, ਉਹ ਆਏ ਨੀ ਕਦੇ, ਹੁਣ ਕੋਠੀ ਬਣੀ ਉੱਦਾਂ ਹੀ ਪਈ ਆ ਉਹਨਾਂ ਦੀ। ਕਿੱਥੇ ਆ ਗਏ? ਉਹ ਵਾਰਡ ਨੰਬਰ 13 ਜੁਆ ਹੈ ਕੈਂਥਾ ਚ, ਉੱਥੇ ਵੀ ਹੈਗਾ, ਇੱਥੇ ਵੀ ਹੈਗਾ, ਇੱਥੇ ਬਾਹਰ ਆ ਗਿਆ ਹੋਇਆ ਕਿ ਜਾਰੀ ਕੋਲ ਆਪਣਾ, ਉਦਾਂ ਰਹਿੰਦਾ ਦਾ ਕਹਿੰਦਾ। ਨਹੀਂ ਰਜਿਸਟਰੀ ਕੋਈ ਨੀ ਆਈ, ਕੋਈ ਰਜਿਸਟਰੀ ਕੋਈ ਕੁਛ ਨੀ। ਨਹੀਂ ਨਹੀਂ ਪੁੱਤਰ, ਆਪਾਂ ਕਿਹੜਾ ਝੂਠ ਮਾਰਨਾ ਕੋਈ ਦਾਲਾ ਘਰ, ਨਾ ਪੁੱਤਰ ਕਿਉਂ ਮਾਰਨਾ, ਪਹਿਲਾਂ ਤਾਂ ਇਹ ਦੱਸ, ਮੈਂ ਤਾਂ ਭਰਜਾਈ ਵਾਲੀ ਦਾ ਬੰਦਾ ਹੀ ਕੋਈ ਹੈ ਹੀ ਨੀ ਸੀ, ਬੰਦਾ ਹੀ ਬਹੁਤ ਚੰਗੀ ਤੁਹਾਡੀ ਮਾਂ। ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਨਾਲ ਗੱਲ ਕਰਕੇ, ਤੇ ਚਾਹਤ ਬਹੁਤ ਜ਼ਿਆਦਾ। ਆਓ ਕੋਈ ਨੀ, ਵੀਜ਼ਾ ਲਾਗੇ ਲਵਾ ਕੇ ਆ ਜਾਓ, ਮੈਂ ਵੀ ਚਲੇ ਚੁਲੇ ਜਾਂਦਾ ਹੁੰਦਾ ਨਾ, ਮੈਂ ਵੀ ਦੂਰ ਜਾਣੀ ਚਲੇ ਜਾਂਦਾ, ਜਿੱਦਾਂ ਕਲਕੱਤੇ ਚਲਾ ਗਿਆ, ਕਦੇ ਉੱਧਰ ਚਲਾ ਗਿਆ, ਕੱਲ੍ਹ ਹੁਣ ਵਿਸਾਖਾਪਟਨਮ ਤੋਂ ਆਇਆ, ਏਦਾਂ ਹੀ ਆ ਨਾ।
ਚਲੋ ਫਿਰ ਕਰੋ ਕੰਮ ਕਾਰ, ਫਿਰ ਬੀਜਾ ਬੂਜਾ ਲਵਾਓ, ਕੋਈ ਹਿਸਾਬ ਕਿਤਾਬ ਨਾ, ਫਿਰ ਦੇਖਦੇ ਆ ਆਪਾਂ ਕਿੱਦਾਂ ਕਰਨੀ ਆ। ਠੀਕ ਆ ਮੋਬਾਇਲਾਂ ਤੋਂ ਕਰ ਲੈਂਦੇ ਸੀ, ਸਮਝ ਆ ਗਈ ਨਾ ਗੱਲ। ਪਹਿਲਾਂ ਘਰੇ ਬੈਠੇ ਮੋਬਾਇਲਾਂ ਤੋਂ ਗੱਲਾਂ ਕਰ ਲੈਂਦੇ ਸੀ ਅਸੀਂ, ਹੁਣ ਉਹ ਗੱਲ ਕਿਉਂ ਨੀ? ਨਾ ਇੱਕ ਮਿੰਟ ਗੱਲ ਸੁਣ ਮੇਰੀ, ਜਿਹੜਾ ਵੀਡੀਓ ਕਾਲ ਆ ਤੇਰੇ ਇੱਥੇ ਆਉਂਦਾ ਨਾ ਸਾਹਮਣੇ ਆਪਣੇ, ਆ ਤੂੰ ਵੀ ਅਜਿਹਾ ਲਾਉਣ ਦਾ ਇਹਨਾਂ ਦਾ ਕੀ ਫਾਇਦਾ? ਇਹ ਕੋਈ ਐਵੇਂ ਭੈਣ ਚੋ ਨਾ ਕੋਈ ਗੱਲ ਨਾ ਕੋਈ ਬਾਤ ਕੋਈ ਕਿਉਂ ਫਾਇਦਾ ਹੈ? ਜਦੋਂ ਆਪਣੀ ਵੀਡੀਓ ਕਾਲ ਆਉਂਦੀ ਹੈ ਦੋਨਾਂ ਨੂੰ, ਇਹ ਕੋਈ ਗੱਲ ਨੀ ਬਣਦੀ ਨਾ ਤਾਂ ਜੀ ਤੂੰ ਵੀ ਬੰਦ ਕਰ ਦਿੰਦੇ ਆ, ਤੂੰ ਵੀ ਬੰਦ ਕਰ ਦੇ ਗੱਲ ਕਰਦੇ ਸਹੀ ਚਾਚੂ ਦੱਸਾਂ ਕੀ ਹੈ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਵੀ ਇਹ ਨਾ ਕੰਮ ਕੋਈ ਫੁੱਦੂ ਸ਼ੁੱਧੂ ਕੋਈ ਨਹੀਂ ਹੈ ਕਿ ਮੈਂ ਵੀ ਇਹੀ ਕੰਮ ਕਰਦਾ। ਗੱਲ ਇਹ ਹੈ ਕਿ 20 ਸਾਲਾਂ ਦੀ ਮਿਹਨਤ ਬਾਈ ਉਹਨਾਂ ਦੀ ਵਜ੍ਹਾ ਤੋਂ ਮਿਲੀ ਆ, ਥੋੜ੍ਹੀ ਜਿਹੀ ਨਾ ਆਪਣੀ ਯਾਦਗਿਰੀ ਬਣਾਉਣ ਵਾਸਤੇ ਕਰਦੇ ਹਾਂ। ਮਿਲਣ ਨੂੰ ਤੇ ਬੇਤਾਬ ਹੈ, ਜਿਹੜੀ ਅਸੀਂ ਗੱਲ ਕਰਦੇ ਆ ਨਾ, ਤੁਸੀਂ ਉਦੋਂ ਸਾਨੂੰ ਦਾਵਤਨਾਮਾ ਭੇਜੋਗੇ ਤੇ ਅਸੀਂ ਆ ਜਾਵਾਂਗੇ। ਸਹੀ ਹੋ ਗਿਆ ਤੇ ਤੁਸੀਂ ਆਪਣਾ ਕੋਈ ਫਿਰ ਨੰਬਰ ਸ਼ੰਬਰ ਦਿਓ ਨਾ, ਫਿਰ ਨੰਬਰ ਸ਼ੰਬਰ ਤੋਂ ਵੀ ਦੇਊਂਗਾ ਮੈਂ ਤੈਨੂੰ। ਠੀਕ ਹੋ ਗਿਆ, ਨੰਬਰ ਨੰਬਰ ਦੇ ਦਿਓ ਫਿਰ। ਇਹਨਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈ ਨਾ, ਇਹਦੇ ਬੇਟਾ ਹੁੰਦਾ ਰਾਹੁਲ, ਉਹਨੂੰ ਪਤਾ ਹੁੰਦਾ ਇਸ ਨਾਲੇ ਦੇ ਬਾਰੇ, ਇਹ ਪੁਰਾਣੀਆਂ ਸੋਚਾਂ ਲੈ ਕੇ ਬੈਠੇ ਆ, ਪੁਰਾਣੀਆਂ ਸੋਚਾਂ ਲੈ ਕੇ ਬੈਠੇ ਆ। ਹਾਂਜੀ ਹਾਂਜੀ ਹਾਂਜੀ, ਤੁਸੀਂ ਇਤਨੇ ਜਜ਼ਬੇ ਵਾਲਿਆਂ ਨੂੰ ਕੋਈ ਜਗਾ ਦਿਓ ਇਹਨਾਂ ਜ਼ਮੀਰ। ਅਸਲ 'ਚ ਗੱਲ ਇਹ ਆ ਵੀ ਮੀਡੀਆ ਨੇ ਡਰ ਇੰਨਾ ਪਾਇਆ, 6 ਫੁੱਟ ਦਾ ਬੰਦਾ ਜਿਹੜਾ ਉਹ ਇੰਨਾ ਡਰਿਆ ਹੁੰਦਾ ਕਿ ਪਤਾ ਨਹੀਂ ਮੈਨੂੰ ਕੀ ਹੋ ਜਾਣਾ, ਮੈਨੂੰ ਕੁਛ ਚੱਕ ਕੇ ਲੈ ਜਾਣਾ ਕਿਸੇ ਨੇ। ਤੇ ਤੂੰ ਵੀ ਆ ਕਿਹੜਾ ਐਟਮ ਬੰਬ ਲਾ ਤਾ ਬਾਬਾ ਤੇਰੇ ਤੇ? ਨਹੀਂ ਬਾਬੇ ਮੇਰੀ ਗੱਲ ਕਰਾਇਓ ਜ਼ਰਾ ਬਾਬੇ ਨਾਲ, ਮੈਂ ਜ਼ਰਾ ਥੋੜ੍ਹਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਦਾ ਜੇ ਸਮਝਾਉਣ। ਕਿੰਨੀ ਉਮਰ ਹੋ ਗਈ ਆਪਣੀ ਬਜ਼ੁਰਗੋ, ਕਿੰਨੀ ਉਮਰ ਹੋ ਗਈ? 72 ਸਾਲ ਹੋ ਗਏ। ਤੇ ਕੱਦ ਕਿੱਡਾ ਆਪਣਾ, ਕੱਦ ਕਿੱਡਾ ਆ? 6 ਫੁੱਟ 5 ਫੁੱਟ 10 ਇੰਚ। ਮੈਂ ਅੰਦਾਜ਼ਨ 6 ਫੁੱਟ ਗਿਆ ਸੀ, ਪਰ ਦੇਖ ਲਓ ਇਸ ਮੀਡੀਏ ਦੋਵਾਂ ਮੁਲਕਾਂ ਦੇ ਮੀਡੀਏ ਨੇ ਸੁਣ ਲਿਆ 8 ਇੰਚਾ, ਠੀਕ ਹੋ ਗਿਆ ਵੀ ਇੰਨਾ ਡਰਾਇਆ ਵੀ ਏਡੇ ਏਡੇ ਜਵਾਨ ਸੀਂ ਜਵਾਨ ਜਿਹੜੇ ਆ ਉਹ ਵੀ ਡਰੇ ਆ ਵੀ ਪਤਾ ਨੀ ਆ ਸਾਡੇ ਆ ਤੂੰਬੀ ਜਿਹਨੂੰ ਮਾਇਕ ਆਪਾਂ ਕਹਿੰਦੇ ਹਾਂ, ਤੁਸੀਂ ਤੂੰਬੀ ਕਹਿ ਕੇ ਇੱਕ 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 ਐਟਮ ਬੰਬ ਨਾਲ ਜ਼ਿਆਦਾ ਤੁਹਾਨੂੰ ਡਰ ਹੈ ਇਸ ਚੀਜ਼ ਦਾ। ਮੇਰੀ ਗੱਲ ਸੁਣੋ, ਅਸੀਂ ਤੁਹਾਡੇ ਕੋਲ ਕੋਈ ਪੈਸੇ ਨਹੀਂ ਲਏ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਇੰਨੀ ਮਿਹਨਤ ਕਰਕੇ ਲੱਭਿਆ, ਸਾਰਾ ਕੁਛ ਕੀਤਾ ਆ, ਤੇ ਤੁਸੀਂ ਦੇਖ ਲਓ ਸਾਨੂੰ ਵਿੱਚ ਗਾਲਾਂ ਵੀ ਕੱਢੀਆਂ ਆ। ਬਜ਼ੁਰਗ ਵਾਲੇ ਨਾ ਪਿਛਲੀ ਦੁਨੀਆਂ 'ਚ ਰਹਿੰਦੇ ਆ, ਉਹ ਹਲੇ ਮੈਂ ਨਾ ਪਿਛਲੀ ਦੁਨੀਆਂ 'ਚ ਬੈਠੇ ਆ ਹਲੇ। ਤੇ ਚਲੋ ਕੋਈ ਨੀ, ਸਾਡੇ ਸਿਆਣੇ ਆ, ਆਪਾਂ ਇਹਨਾਂ ਦੀ ਗੱਲ ਦਾ ਗੁੱਸਾ ਥੋੜ੍ਹਾ ਕਰਨਾ ਹੁਣ।
लेकिन जेड़ा साडा मकसद सी अपना मकसद अज हल कीता पे सी अज एक विछड़े हुए जेड़े सीगे मतलब टब्बर किन्ने सालां दा विछड़े सी जी मजैल कही जान कारतूस कही जान सानू कोई परवाह नहीं है सानू अज बड़ी खुशी है और बंदे भी साडे जिहड़े इन्नी दूरों धुंद विच विचारे आए इन्नी ठंड दे विच इसे लई आए सी अपनी मुलाकात हो जाए और ए सब तो ज्यादा योगदान जरा गिल साहब थोड़ा है और बेलॉस आ बिला मुआवजा तुम इन्नी मेहनत करके इन्ने दिन की जदोजहद तो बाद इस मतलब परिवार को मिलाया और कामयाबी मिली है। हाँ जी फिर पता लगता देखने वाला बंदा कहता भी पत्नी जा के है गल कराती लेकिन ए मेरा ख्याल कमो बिच एक महीना का हो गया ना अपन लग्या नू और सब तो औखा मरहला कि किसी बंदे नू डरे हुए बंदे नू ज़हनी तौर ते तैयार करना कि तुसी यार फलां बंदे नाल अपने नाल गल करो बहुत मुश्किल काम है। हाँ जी गिल साहब साडा लहिंदे पंजाब वाले सारयां दा तुहाडा और तुहाडे चैनल दा मिट्टी दी महक दा बहुत बहुत शुक्रिया कि तुसी अज एक हमेशा की तरह जो परिवार मनाते उन्होंने एक होर परिवार को मनाया और मैं समझना कि अज इन्ह की 22 साल की जी प्यास बुझ गई छोटा जहा इरफान जो ये मतलब ये आए थे बस इन्हों का कोई नंबर लैके इन्होंने आप दे देना गल कर लिया कर बहुत शुक्रिया कोई लालच नहीं है। हाँ जी ठीक है जी मेहरबानी बहुत शुक्रिया जी।